ਆ ਕਿਵੇਂ ਡਾਕਟਰਾ, ਪਤੰਦਰਾ ਬੜੀ ਛੇਤੀ ਮੋਕ ਮਾਰ ਗਿਆ ਹੈ। ਹਜੇ ਤਾਂ ਜਟਵੈੜ ਆਈ ਥੋੜ੍ਹੇ ਸੀ ਲੁਧਿਆਣੇ, ਪਤੰਦਰਾ ਹੁਣ ਤਾਂ ਸਾਰਾ ਭਾਂਡਾ ਸਿਰਲੇਖ ਚੈਨਲ ਵਾਲਿਆਂ 'ਤੇ ਸਿੱਟੀ ਜਾਂਦਾ ਫਿਰ TRP ਵਧਾਉਣ ਖਾਤਰ, ਅਤੇ ਉਹਨਾਂ ਨੇ ਵੀਡੀਓ ਨੂੰ ਜਿਹੜਾ ਕੱਟ ਵੱਢ ਕੇ ਪਾਇਆ। ਕੀ ਗੱਲ, ਬੜੀ ਛੇਤੀ ਮੋਕ ਮਾਰ ਗਿਆ, ਪਹਿਲਾਂ ਤਾਂ ਬੜਾ ਤੂੰ ਛਾਤੀ ਕੁੱਟਦਾ ਸੀ, ਬਸ ਹੌਂਸਲੇ ਬੁਲੰਦ ਹੋ ਗਏ ਹੁਣ। ਪਤੰਦਰਾ ਹਜੇ ਤਾਂ ਜਟਵੈੜ ਆਈ ਕੁਛ ਨਹੀਂ ਸੀ, ਹਜੇ ਤਾਂ ਕੁਛ ਨਹੀਂ ਆਏ ਸੀ ਜਟਵੈੜ, ਮੈਂ ਤਾਂ ਬੰਦੇ ਹੀ 40 ਆਏ ਸੀ ਪਤੰਦਰਾ, ਤਾਂ ਤੂੰ ਪਹਿਲਾਂ ਹੀ ਮੋਕ ਮਾਰ ਗਿਆ। ਚੱਲ ਕੋਈ ਨਹੀਂ, 6 ਦਿਨ ਦਾ ਟਾਈਮ ਲਿਆ ਪ੍ਰਸ਼ਾਸਨ ਨੇ, ਅਤੇ ਜੇ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਜਲਦੀ ਟੱਕਰਾਂਗੇ ਤੈਨੂੰ, ਭੱਜ ਕਿੱਥੋਂ ਤੱਕ ਭੱਜਦਾ, ਬੜਾ ਗੰਦ ਪਾਇਆ ਸੀ ਤੂੰ ਬਾਬੇ। ਸ਼ੇਅਰ ਕਰੋ ਵੀਡੀਓ, ਨਾਲ ਜੁੜੋ ਭਰਾ ਮੇਰੇ, ਐਂ ਹਜੇ ਤਾਂ ਜਟਵੈੜਾ ਨੂੰ ਪੂਰਾ ਪਤਾ ਹੀ ਨਹੀਂ ਲੱਗਾ ਸੀ ਲੁਧਿਆਣੇ ਬਾਰੇ ਪਹੁੰਚਣ ਬਾਰੇ, ਹਜੇ ਪਤੰਦਰ ਆਈ 40-50 ਜਾਣੇ ਸੀ ਸਾਰੇ, ਅਤੇ ਤੇਰੇ ਬਿਆਨ ਹੁਣ ਹੀ ਬਦਲ ਗਏ। ਕੀ ਗੱਲ, ਐਂ ਪਹਿਲਾਂ ਤਾਂ ਬੜਾ ਸ਼ੇਰ ਬਣਦਾ ਸੀ, ਐਂ ਹੁਣ ਮਿੰਟ 'ਚ ਬੱਕਰੀ ਬਣਿਆ ਫਿਰਦਾ, ਕੀ ਗੱਲ ਪੈਂਦੀ ਧੁਰ ਤਾਂ ਹੀ ਬਾਂਹ ਹੁਣ, ਹੈਂ ਉਹ ਤਾਂ ਭੱਜ ਕਿੱਥੋਂ ਤੱਕ ਭੱਜਦਾ, ਤੈਨੂੰ ਛੱਡਣ ਵਾਲੇ ਨਹੀਂ, ਹਾਂ ਤੈਨੂੰ ਛੱਡਣ ਵਾਲੇ ਨਹੀਂ, ਤੇਰੇ ਮਗਰੇ ਪਹੁੰਚਾਂਗੇ, ਤੇਰੇ 'ਤੇ ਕਾਰਵਾਈ ਕਰਾ ਕੇ ਹਟਾਂਗੇ। ਉਹ ਜਿਹੜਾ ਜੱਟਾਂ ਨੂੰ ਮਾੜਾ ਬੋਲਦਾ ਨਾ ਕਿਸੇ ਤਰ੍ਹਾਂ, ਇੱਕ ਜੱਟ ਨਾਲ ਕੋਈ ਹੋਊਗਾ ਕੋਈ ਤੇਰਾ ਪੰਗਾ, ਤੂੰ ਉਹਦੇ ਨਾਲ ਕਰ ਲੈਂਦਾ ਕੋਈ ਗੱਲ ਨਹੀਂ, ਤੂੰ ਹੁਣ ਪੂਰੇ ਜੱਟ ਕਮਿਊਨਿਟੀ ਨੂੰ ਉੱਠ ਕੇ ਗਾਲਾਂ ਕੱਢੇ ਅਤੇ ਉਹਨਾਂ ਦੀਆਂ ਮਾਵਾਂ ਧੀਆਂ ਭੈਣਾਂ ਨੂੰ ਕੱਢੇ ਅਤੇ ਅਸੀਂ ਚੁੱਪ ਕਰਕੇ ਸੁਣ ਲਈਏ, ਇਹ ਕਿਵੇਂ ਹੋ ਸਕਦਾ। ਟੱਕਰਾਂਗੇ ਤੈਨੂੰ ਪੁੱਤ, ਕੋਈ ਗੱਲ ਨਹੀਂ, ਅਤੇ ਤੇਰੇ ਕਾਰਵਾਈ ਵੀ ਤੇਰੇ ਤੋਂ ਜ਼ਰੂਰੀ ਹੋਊਗੀ, ਅਤੇ ਹੁਣ ਤੂੰ ਬਿਆਨ ਵੀ ਬੜੀ ਛੇਤੀ ਬਦਲ ਗਿਆ, ਹੈਂ ਬੜੀ ਛੇਤੀ ਬਿਆਨ ਬਦਲ ਗਿਆ ਤੂੰ ਹੁਣ। ਬਾਬੇ ਜੁੜੋ, ਆਪਾਂ ਲਾਈਵ ਹੋਏ ਹਾਂ ਕਾਫੀ ਟਾਈਮ ਤੋਂ ਆਹ ਪੇਜ 'ਤੇ, ਆਪਾਂ ਕਿਤੇ ਲਾਈਵ ਨਹੀਂ, ਅੱਜ ਮੈਂ ਲਾਈਵ ਹੋਇਆ ਪੇਜ 'ਤੇ, ਜੇ ਸ਼ੇਅਰ ਕਰ ਦਿਓ ਇੱਕ ਵਾਰੀ। ਸਰਦਾਰ ਮਜੈਲ ਸਿੰਘ ਲਿਖੀ ਬੜਾ ਕੁਝ ਜਾਂਦਾ, ਕਹਿੰਦਾ ਕਿਸੇ ਜੱਟ ਨੇ ਇਹਦੀ ਹੈਂ ਗਾਂ, ਚਲੋ ਪੜ੍ਹ ਹੀ ਲੈਣਗੇ ਬਾਈ, ਹੁਣ ਮੈਂ ਨਹੀਂ ਬੋਲਣਾ ਯਾਰ ਗਾਂ, ਫਿਰ ਤੋਮਤਾਂ ਬਾਹਲੀਆਂ ਲੱਗਦੀਆਂ। ਇਹਨੇ ਪਤੰਦਰ ਨੇ ਗੰਦ ਹੀ ਬੜਾ ਪਾਇਆ ਸੀ ਯਾਰ, ਉਹ ਜਦੋਂ ਕਿਸੇ ਨਾਲ ਖਲੋਈ ਗਿਆ ਨਾ ਫਿਰ ਇੱਕ ਡਾਹ ਕੇ ਖਲੋਇਆ ਕਰੋ ਪਤੰਦਰੋ, ਫਿਰ ਬਾਅਦ 'ਚ ਭੱਜਦੇ ਕਿਹੜੀ ਗੱਲੋਂ, ਫਿਰ ਬਿਆਨ ਕਿਹੜੀ ਗੱਲੋਂ ਬਦਲਦੇ ਹੋ ਤੁਸੀਂ, ਹੈਂ ਅੱਜ ਤਾਂ ਸਾਡੇ ਜਟਵੈੜ ਆਈ ਕੁਛ ਨਹੀਂ ਸੀ, ਇਹ ਤਾਂ ਕੁਛ ਵੀ ਨਹੀਂ ਆਈ ਸੀ ਅੱਜ ਤਾਂ। ਪਤੰਦਰ ਪਹਿਲਾਂ ਹੀ ਨਿਕਲ ਗਿਆ, ਪਹਿਲਾਂ ਹੀ ਭੱਜ ਗਿਆ, ਐਂ ਭਜਾਈ ਦੇ ਪੁੱਤ, ਕਾਰਵਾਈ ਤਾਂ ਤੇਰੇ 'ਤੇ ਡਾਕਟਰਾਂ ਹੁਣ ਹੋਊਗੀ, ਜਿੱਥੇ ਮਰਜ਼ੀ ਭੱਜ ਲਾ, ਜਿਹੜੀ ਮਰਜ਼ੀ ਖੁੱਡ 'ਚ ਲੁਕ ਲਾ, ਠੀਕ ਹੈ ਕਿ ਨਹੀਂ। ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ, ਸਮਾਂ ਲਿਆ 6 ਦਿਨਾਂ ਦਾ, ਅਤੇ ਜੱਟਾਂ ਨੇ ਫਿਰ ਇੱਥੇ ਆ ਵਜਣਾ ਲੁਧਿਆਣੇ, ਅਤੇ ਹੁਣ ਆਵਾਂਗੇ ਬਹੁ ਗਿਣਤੀ ਨਾਲ ਅਸੀਂ, ਠੀਕ ਹੈ ਨਾ, ਹੁਣ ਬਹੁ ਗਿਣਤੀ ਨਾਲ ਅਸੀਂ ਆਵਾਂਗੇ ਜੇ ਕਾਰਵਾਈ ਤੇਰੇ 'ਤੇ ਨਾ ਹੋਈ ਤਾਂ। ਪ੍ਰਸ਼ਾਸਨ ਨੇ ਸਮਾਂ ਮੰਗਿਆ, ਅਤੇ ਜਿਹੜਾ ਤੂੰ ਜੱਟਾਂ ਨੂੰ ਮਾੜਾ ਬੋਲਦਾ ਰਿਹਾ ਨਾ ਜੱਟ ਕਮਿਊਨਿਟੀ ਨੂੰ, ਤੂੰ ਆਖਿਆ ਜੇ ਚੁੱਪ ਕਰਕੇ ਬਹਿ ਗਿਆ, ਅਤੇ ਜਿਹੜਾ ਤੂੰ ਕਾਲਾ ਸੱਪ ਕਾਲਾ ਨਾਗ, ਜਿਹੜਾ ਤੂੰ ਤੇਰੇ ਮੱਥੇ 'ਚ ਤਿਉੜੀਆਂ ਤੇਰੀਆਂ, ਜਿਹੜੀਆਂ ਤੂੰ ਜੱਟਾਂ ਦਾ ਵਿਰੋਧੀ ਬਣਿਆ ਸੀ, ਹੁਣ ਤੈਨੂੰ ਚੰਗੀ ਤਰ੍ਹਾਂ ਜੱਟ ਦੱਸਣਗੇ, ਹਾਂਜੀ ਜਿਹੜਾ ਤੂੰ ਜੱਟਾਂ ਦੇ ਵਿੱਚ, ਅਤੇ ਜਿਹੜਾ ਤੂੰ ਸਾਡੇ ਮਜ਼ਹਬੀ ਸਿੱਖ ਭਾਈਚਾਰਾ ਇਹਨਾਂ 'ਚ ਦਰੇੜ ਪਾਉਣਾ, ਤੂੰ ਜਿਹੜੀ ਦਰਾੜ, ਜਿਹੜਾ ਤੂੰ ਇਹਨਾਂ ਨੂੰ ਵੱਖੋ ਵੱਖਰੀ ਕਰਦਾ, ਹੈਂ ਭੱਜਣ ਕਿੱਥੇ ਡਾਕਟਰਾ ਭੱਜੇਗਾ, ਉਹ ਡੰਗਰਾਂ ਦਾ ਡਾਕਟਰਾ ਭੱਜ ਕਿੱਥੇ ਭੱਜੇਗਾ ਪੁੱਤਰਾ, ਹੁਣ
ਹੁਣ ਨਹੀਂ ਭੱਜਣ ਦਿੰਦੇ ਤੈਨੂੰ, ਤੈਨੂੰ ਕਿਹਾ ਸੀ ਬੜਾ ਟੇਕ ਕੇ ਬਹਿ ਜਾ ਟੇਕ ਕੇ, ਪਰ ਤੂੰ ਵੀ ਆਪਣੀ ਟੀ ਆਰ ਪੀ ਵਧਾਉਣ ਖਾਤਰ ਚੈਨਲ ਦੇ ਉੱਤੇ ਬੜੀ ਬਕਵਾਸ ਕੀਤੀ ਆ, ਸਿਰਲੇਖ ਚੈਨਲ ਦੇ ਉੱਤੇ ਤੂੰ ਵੀ ਬੜੀ ਬਕਵਾਸ ਕੀਤੀ ਆਪਣੀ ਟੀ ਆਰ ਪੀ ਵਧਾਉਣ ਖਾਤਰ, ਹੁਣ ਤੇਰੀ ਟੀ ਆਰ ਪੀ ਵਧੀਆ ਵਧੂਗੀ, ਐਂ ਤਸੱਲੀ ਨਾਲ ਟੀ ਆਰ ਪੀ ਤੇਰੀ ਵਧੂਗੀ ਬਾਈ, ਬੇਫਿਕਰ ਹੈ ਡਾਕਟਰਾਂ, ਤੇਰੀ ਟੀ ਆਰ ਪੀਆਂ ਵਧੀਆ ਅਤੇ ਚੰਗੀ ਤਰ੍ਹਾਂ ਵਧੂਗੀ ਤਸੱਲੀ ਨਾਲ। ਬਾਬੇ ਸ਼ੇਅਰ ਕਰ ਦਿਓ ਵੀਡੀਓ, ਜਿਵੇਂ ਤੁਸੀਂ ਡਾਕਟਰ ਦੀਆਂ ਵੀਡੀਓ ਕਰਦੇ ਰਹੋ ਨਾ ਸ਼ੇਅਰ, ਇੱਦਾਂ ਕਰੋ ਵੀਡੀਓ ਸ਼ੇਅਰ। ਹੁਣ ਤੈਨੂੰ ਮੈਂ ਟੀ ਆਰ ਪੀ ਹੁਣ ਚੰਗੀ ਤਰ੍ਹਾਂ ਦੇਵਾਂਗੇ ਡਾਕਟਰਾਂ, ਬੇਫਿਕਰ ਹੈ, ਉਹ ਵੀ ਕਾਨੂੰਨ ਮੁਤਾਬਕ ਦੇਵਾਂਗੇ ਡਾਕਟਰਾਂ, ਬੇਫਿਕਰ ਹੈ ਤੂੰ। ਹਾਂ ਕਿਉਂਕਿ ਤੂੰ ਗੰਦ ਬੜਾ ਪਾਇਆ ਸੀ ਡਾਕਟਰਾ, ਹੁਣ ਪਤੰਦਰ ਨੇਤੀ ਆਪਣੇ ਬਿਆਨ ਬਦਲਦਾ ਫਿਰਦਾ, ਡਾਕਟਰਾ ਬਿਆਨ ਬਦਲਿਆ ਕੀ ਹੋਊਗਾ, ਕੁਛ ਨਹੀਂ ਹੋਣਾ ਹੀ, ਹੁਣ ਜੋ ਮਰਜ਼ੀ ਕਹੀ ਜਾ ਤੂੰ, ਹੁਣ ਤਾਂ ਤੇਰੇ ਧੁਰ ਤੱਕ ਨਾ ਅੰਦਰ ਤੱਕ ਤੇਰੇ, ਬਸ ਬੇਫਿਕਰ ਹੈ ਤੂੰ, ਹੁਣ ਭੱਜ ਲੈ ਜਿੱਥੋਂ ਤੱਕ ਭੱਜਣਾ ਤੂੰ, ਠੀਕ ਆ ਨਾ, ਜਿਹੜੀ ਤੈਨੂੰ ਜੱਟਾਂ ਤੋਂ ਇੰਨੀ ਨਫ਼ਰਤ ਨਾ ਜੱਟਾਂ ਤੋਂ, ਹੁਣ ਤੇਰੀ ਅਕਲ ਟਿਕਾਣੇ ਜਮ੍ਹਾਂ ਲਿਆਵਾਂਗੇ ਤੇਰੀਆਂ, ਐਂ ਨਜ਼ਾਰੇ ਵਾਲੀ ਜਿਹੜੀ, ਹਾਂ ਜਿਹੜੀ ਤੂੰ ਐਂ ਸਿੱਧਾ ਤੀਰ ਵਾਂਗੂ ਚੱਲੇਗਾ ਸਾਰੀ ਉਮਰ, ਐਂ ਤੇਰੀ ਤਸੱਲੀ ਜਮ੍ਹਾਂ ਕਰਾਵਾਂਗੇ ਡਾਕਟਰਾਂ, ਵਧੀਆ ਤਸੱਲੀ ਰੀਝ ਨਾਲ, ਜਿਹੜਾ ਤੂੰ ਕਿਸੇ ਭਾਈਚਾਰਾ ਦੇ ਨਾਲ ਤੂੰ ਇੰਨੀ ਨਫ਼ਰਤ ਕਰਦਾ, ਉਹਨਾਂ ਨੂੰ ਮਾੜਾ ਚੰਗਾ ਬੋਲਦਾ, ਜੇ ਤੇਰਾ ਕਿਸੇ ਜੱਟ ਨਾਲ ਪੰਗਾ ਹੈਗਾ, ਕਿਤੇ ਜੱਟ ਨਾਲ ਤੇਰਾ ਰੌਲਾ ਹੈਗਾ, ਤੂੰ ਇਕੱਲੇ ਉਹਦੇ ਨਾਲ ਤੂੰ ਗੱਲ ਕਰ ਸਕਦਾ, ਤੂੰ ਪੂਰੀ ਜੱਟ ਕਮਿਊਨਿਟੀ ਨੂੰ ਗਲਤ ਬੋਲਦਾ, ਟੀਚਰਾਂ ਕਰਦਾ ਮਜ਼ਾਕ ਕਰਦਾ, ਗਲਤ ਗਾਣੇ ਗਾਉਣਾ, ਤੂੰ ਉਹਨਾਂ ਦੀਆਂ ਮਾਵਾਂ ਧੀਆਂ ਭੈਣਾਂ ਬਾਰੇ ਸਾਡੀਆਂ ਬਾਰੇ ਤੂੰ ਗਲਤ ਬੋਲਦਾ ਹੈ, ਭੱਜ ਕੇ ਤੂੰ ਕਿਹੜੀ ਖੁੱਡ ਦੇ ਵਿੱਚ ਲੁਕ ਜਾਏਗਾ, ਤੂੰ ਭੱਜਣ ਨਹੀਂ ਤੈਨੂੰ ਦਿੰਦੇ, ਬੇਫਿਕਰ ਹੈ ਤੂੰ ਹੁਣ, ਹੁਣ ਤੂੰ ਜਿਹੜਾ ਉਹ ਸਿਰਲੇਖ ਚੈਨਲ ਵਾਲਿਆਂ ਦੇ ਪਾਉਣਾ ਪਿਆ ਨਾ, ਹੁਣ ਉਹਨਾਂ ਦੇ ਸਿਰ ਭਾਂਡਾ ਪੁੱਟਦਾ ਪਿਆ ਵੀ ਉਹਨਾਂ ਨੇ ਟੀ ਆਰ ਪੀ ਲਈ ਐਂ ਕਰਤਾ ਐਂ ਕਰਤਾ, ਬੋਲਿਆ ਤਾਂ ਤੂੰ ਹੀ ਆ ਨਾ ਸਾਰਾ ਕੁਛ, ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਾਬਾ ਜਸਪਾਲ ਸਿੰਘ ਜੁੜੇ ਆ, ਜਸਪਾਲ ਸਿੰਘ ਜੀ ਕਰਿਓ ਸ਼ੇਅਰ ਮੜੀ ਜੀ, ਕਿਉਂਕਿ ਮਾਂ ਵੀ ਕਾਫੀ ਦਿਨਾਂ ਤੋਂ ਬਾਬਾ ਚੈਨਲ ਬੰਦ ਹੀ ਸੀ, ਅੱਜ ਡਾਕਟਰਾਂ ਤੇਰੇ 'ਤੇ ਲਾਈਵ ਕੀਤੀ ਪਹਿਲੀ ਆ ਚੈਨਲ 'ਤੇ, ਤੇਰਾ ਇਹਦਾ ਇਰਾਦਾ ਸੀ ਵੀ ਜੱਟ ਕਿਹੜਾ ਬੋਲਦਾ ਚੁੱਪ ਕਰਕੇ ਬੈਠੇ ਆ, ਹੈ ਮੈਨੂੰ ਘਰ ਡਰ ਆ, ਤੂੰ ਇਹ ਗੱਲਾਂ ਤੂੰ ਕਰਦਾ ਰਿਹਾ ਵੀ ਇਹ ਕਿਹੜਾ ਬੋਲਣ ਵਾਲੇ ਆ, ਹੈਂ ਅਜੇ ਤਾਂ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਵਾਇਆ 5-6 ਦਿਨ ਦਾ ਸਮਾਂ ਮੰਗ ਕੇ, ਠੀਕ ਹੈ ਨਾ, ਉਦੋਂ ਮੁੜ ਕੇ ਫਿਰ ਜਟਵੈਡ ਵੇਖੀ ਕਿਹੜੇ ਹਿਸਾਬ ਨਾਲ ਆਉਂਦੇ, ਜੇ ਤੇਰੇ 'ਤੇ ਪਰਚਾ ਦਰਜ ਨਾ ਹੋਇਆ, ਹਾਂ ਫਿਰ ਵੇਖੀ ਕਿਹੜੇ ਹਿਸਾਬ ਨਾਲ ਆਉਂਦੇ, ਅਤੇ ਤੈਨੂੰ ਅੰਦਰੋਂ ਖੁੱਡ 'ਚੋਂ ਕੱਢ ਕੇ ਲਿਆਉਣਾ, ਤੈਨੂੰ ਤੈਨੂੰ ਬੜਾ ਸਮਝਾਇਆ ਸੀ, ਤੈਨੂੰ ਬੜਾ ਕਿਹਾ ਸੀ ਵੀ ਡਾਕਟਰ ਇਹ ਕੰਮ ਨਾ ਕਰ ਨਾ ਕਰ ਨਾ ਕਰ, ਤੇਰੀ ਕਿਸੇ ਇਕੱਲੇ ਜੱਟ ਨਾਲ ਰੰਜਿਸ਼ ਹੈਗੀ, ਕਿਸੇ ਨਾਲ ਵੀ ਹੈਗੀ, ਤੂੰ ਉਹਦੇ ਨਾਲ ਕੱਢ ਲਾ ਆਪਣਾ ਜਾ ਕੇ, ਤੂੰ ਉਹਨੂੰ ਕਹਿ ਲਾ ਤੂੰ ਪੂਰੀ ਜੱਟ ਕਮਿਊਨਿਟੀ ਨੂੰ ਨਾ ਟਾਰਗੇਟ ਕਰ, ਪਰ ਤੂੰ ਹਟਿਆ ਨਹੀਂ, ਤੂੰ ਆਉਂਦਾ ਮੈਨੂੰ ਟੀ ਆਰ ਪੀ ਚਾਹੀਦੀ ਆ, ਲੋਕਾਂ ਦੀ ਬੱਲੇ ਬੱਲੇ ਚਾਹੀਦੀ ਆ, ਲੋਕਾਂ ਦੀ ਸ਼ਾਬਾਸ਼ ਚਾਹੀਦੀ ਆ, ਤੇਰੇ ਮਗਰ ਕੋਈ ਨਹੀਂ ਕਿਸੇ ਨੇ ਖਲੋਣਾ, ਤੈਨੂੰ ਕਹਿਤਾ ਜੀ, ਹਾਂ ਠੀਕ ਆ ਬਾਬੇ, ਉਹ ਕਰ ਦਿਓ ਸ਼ੇਅਰ ਬੜੀ ਜੀ ਵੀਡੀਓ ਨੂੰ, ਅਤੇ ਜ਼ਰੂਰ ਮਿਲਦੇ ਹਾਂ ਆਪਾਂ ਬਾਅਦ ਦੇ ਵਿੱਚ ਫਿਰ, ਡਾਕਟਰ ਰੰਗ ਢੇਰੀ ਨਹੀਂ ਬਾਬਾ ਜੀ, ਡਾਕਟਰ ਰੰਗ ਰੇਟਾ, ਜਿਹੜਾ ਰੰਗ ਰੇਟਾ ਸ਼ਬਦ ਆ ਬੜਾ ਪਵਿੱਤਰ ਸ਼ਬਦ ਆ, ਆਪਾਂ ਇਹਨੂੰ ਗਲਤ ਨਹੀਂ ਬੋਲਣਾ, ਇਹ ਸ਼ਬਦ ਬਾਹਰ ਕੱਢੋ, ਰੰਗ ਰੇਟਾ ਜਿਹੜਾ ਸ਼ਬਦ ਆ ਨਾ, ਇਹ ਤਾਂ ਬੜਾ ਪਵਿੱਤਰ ਸ਼ਬਦ ਆ, ਰੰਗ ਰੇਟਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ, ਰੰਗ ਰੇਟਾ ਗੁਰੂ ਕਾ ਬੇਟਾ, ਇਹਨੂੰ ਬਾਹਰ, ਕਿਉਂਕਿ ਡਾਕਟਰ ਦੇ ਨਾਂ ਰੰਗ ਰੇਟਾ ਨਾ ਲਾਓ, ਹਾਂਜੀ ਇਹਨੂੰ ਡੰਗਰ ਡਾਕਟਰ ਲਾ ਲਓ ਤੁਸੀਂ, ਰੰਗ ਰੇਟੇ ਸ਼ਬਦ ਨੂੰ ਆਪਾਂ ਪਿਆਰ ਕਰਦੇ ਹਾਂ ਸਾਰੇ ਭਰਾ ਜੀ, ਹਾਂਜੀ ਅਤੇ ਡੰਗਰ ਡਾਕਟਰ ਲਾ ਸਕਦੇ ਹੋ ਤੁਸੀਂ, ਅਤੇ ਬਾਕੀ ਜਿਵੇਂ ਤੁਹਾਡੀ ਮਰਜ਼ੀ ਆ ਸਾਰੇ ਭਰਾ, ਅਤੇ
ਇਸ ਲਈ ਆਪਾਂ ਜਿਹੜਾ ਸ਼ਬਦ ਆ ਰੰਗਰੇਟਾ ਬੜਾ ਪਿਆਰ ਵਾਲਾ ਸ਼ਬਦ ਆ, ਅਸੀਂ ਬੜਾ ਮੋਹ ਕਰਦੇ ਇਸ ਸ਼ਬਦ ਨਾਲ, ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਇਹ ਸ਼ਬਦ। ਅਤੇ ਬਾਕੀ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਬਣਦੀ ਕਾਰਵਾਈ ਇਹਦੇ 'ਤੇ ਹੋਊਗੀ, ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਦਿਲੋਂ, ਹੈਂ ਸਹੀ ਟਾਈਮ ਜੋ ਵੀ ਲਿਆ ਪ੍ਰਸ਼ਾਸਨ ਨੇ। ਜੇ ਇਹਦੇ 'ਤੇ ਕਾਰਵਾਈ ਨਹੀਂ ਆਉਂਦੀ ਫਿਰ ਜਟਵੈੜ ਸਾਰੇ ਪਹੁੰਚ ਜਾਣਗੇ ਉੱਥੇ, ਕੋਈ ਗੱਲ ਨਹੀਂ। ਅਤੇ ਸੋ ਸ਼ੇਅਰ ਜ਼ਰੂਰ ਕਰਦਾ ਨਾਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।